ਚਾਚਾ ਜੀ ਮੰਨਦੇ ਹੋ ਫਿਰ ਬੋਲੀਆਂ ਕਾਹਦੀਆਂ ਸੀ ਡੂੰਘੀਆਂ ਬੁਝਾਰਤਾਂ ਹੀ ਸੀ ਓਏ ਬੱਲਿਆ ਬੁਝਾਰਤਾਂ ਹੋਈਆਂ ਤੇ ਵਜਾਰਤਾਂ ਹੋਈਆਂ ਇਹਨਾਂ ਨੂੰ ਸਮਝਣਾ ਔਖਾ ਹੀ ਹੁੰਦਾ ਚਲੋ ਬੁਝਾਰਤਾਂ ਤਾਂ ਮੰਨ ਲਿਆ ਆ ਵਜਾਰਤਾਂ ਨੂੰ ਸਮਝਣਾ ਕਿਉਂ ਔਖਾ ਇਹਨਾਂ ਨੂੰ ਤਾਂ ਜਨਤਾ ਆਪ ਚੁਣਦੀ ਜਦੋਂ ਇੱਕ ਵਾਰੀ ਕੁਰਸੀ ਨੂੰ ਹੱਥ ਪੈ ਜਾਂਦਾ ਨਾ ਫੇਰ ਨੀ ਕੁੱਤੀ ਭੌਂਕਦੀ ਸੁਣਦੀ ਨਾਲੇ ਸਰਕਾਰਾਂ ਨੂੰ ਤਾਂ ਕੀ ਸੁਣਨੀ ਆ ਇਹ ਤਾਂ ਥੱਲੇ ਛੋਟੇ ਛੋਟੇ ਜਥੇਦਾਰਾਂ ਨੂੰ ਨੀ ਸੁਣਦੀ ਸੁਣਨ ਵੀ ਕਿਉਂ ਜਦੋਂ ਅਗਲਿਆਂ ਦੀ ਸਰਕਾਰ ਆ ਪਿਛਲੇ ਹਫਤੇ ਤਿੰਨ ਜਥੇਦਾਰ ਇੱਕ ਮੋਟਰਸਾਈਕਲ ਤੇ ਸਵਾਰ ਚੜੇ ਜਾਣ ਟ੍ਰੈਫਿਕ ਪੁਲਿਸ ਵਾਲੇ ਨੇ ਆਪਣੇ ਜਾਣ ਹੱਥ ਦਿੱਤਾ ਵੀ ਇਹਨਾਂ ਦਾ ਤਾਂ ਘੱਟਦਿਆਂ ਚਲਾਣ ਭੱਜ ਕੇ ਜਾ ਕੇ ਮੂਹਰੇ ਕਹਿੰਦਾ ਜਥੇਦਾਰ ਜੀ ਮੋਟਰਸਾਈਕਲ ਖੜਾਈਏ ਕਹਿੰਦਾ ਯਾਰ ਅਸੀਂ ਤਾਂ ਪਹਿਲਾਂ ਹੀ ਮਸਾਂ ਤਿੰਨ ਬੈਠੀਆਂ ਤੈਨੂੰ ਕਿੱਥੋਂ ਚੜਾਈਏ ਇੰਨੀ ਚਤਰ ਦੀ ਚੜਾਈ ਹੋਵੇ ਨਵੀਂ ਸਰਕਾਰ ਆਈ ਹੋਵੇ ਉਹਦੇ ਤੇ ਕੋਈ ਕਥਾ ਨਾ ਸੁਣਾਈ ਹੋਵੇ ਗੱਲ ਜੱਚਦੀ ਨੀ ਪਟੂਆ ਤੁਹਾਨੂੰ ਸਭ ਪਤਾ ਵੀ ਮੇਰੇ ਵੀ ਕਥਾ ਪਚਦੀ ਨੀ ਲਓ ਸੁਣੋ ਫਿਰ ਕੇਰਾਂ ਸੁਨਿਆਰਿਆਂ ਦਾ ਮੁੰਡਾ ਗਿਆ ਕੈਨੇਡਾ ਦੋ ਕੁ ਸਾਲ ਬਾਅਦ ਉਹਦੇ ਪਿਓ ਨੇ ਸੋਚਿਆ ਕਿ ਜਾ ਕੇ ਵੇਖੀਏ ਤਾਂ ਸਹੀ ਉੱਥੇ ਕਾਕਾ ਕੀ ਖੇਡਦਾ ਖੇਡਾਂ ਏਅਰਪੋਰਟ ਤੋਂ ਲੈਣ ਬਾਪੂ ਨੂੰ ਮੁੰਡਾ ਵੱਡੀ ਗੱਡੀ ਵਿੱਚ ਆਇਆ ਵੈਲਕਮ ਕਰਕੇ ਜੱਫੀ ਪਾ ਕੇ ਫਿਰ ਗੋਡੀ ਹੱਥ ਲਾਇਆ ਘਰੇ ਜਾਂਦਿਆਂ ਸਾਰ ਨਾਸ਼ਤਾ ਸੋਨੇ ਦੀ ਥਾਲੀ ਚ ਕਰਾਇਆ ਵੇਖ ਸੋਨੇ ਦੀ ਥਾਲੀ ਨੂੰ ਮਨ ਬਾਪੂ ਦਾ ਲਲਚਾਇਆ ਬਾਪੂ ਸੋਚੇ ਪੁੱਤ ਮੇਰੇ ਨੇ ਲੱਗਦਾ ਮੋਟਾ ਨਾਵਾਂ ਕਮਾਇਆ ਮੈਂ ਤਾਂ ਇਹਨੂੰ ਜਵਾਕ ਜਿਹਾ ਹੀ ਸਮਝਿਆ ਸੀ ਪਰ ਇਹ ਤਾਂ ਇੱਥੇ ਪੂਰਾ ਛਾਇਆ ਮੁੰਡਾ ਜਦੋਂ ਸੀ ਪਾਸੇ ਹੋਇਆ ਨਾਸ਼ਤਾ ਉਹਨੂੰ ਕਰਾ ਕੇ ਬਾਪੂ ਨੇ ਥਾਲੀ ਬੈਗ ਚ ਪਾ ਲਈ ਮੁੰਡੇ ਤੋਂ ਅੱਖ ਬਚਾ ਕੇ ਸੋਨੇ ਦੀ ਥਾਲੀ ਚ ਫੇਰ ਆ ਗਿਆ ਜਦੋਂ ਦੁਪਹਿਰ ਦਾ ਖਾਣਾ ਪੂੰਝ ਪਾਂਝ ਕੇ ਫੇਰ ਲਕੋਲੀ ਕਾਕਾ ਸਮਝ ਨਿਆਣਾ ਵੇਖ ਸੋਨੇ ਦੀ ਤੀਜੀ ਥਾਲੀ ਡੇਲੇ ਆ ਗਏ ਬਾਹਰ ਲੰਘੇ ਨਾਮ ਦਾ ਰਾਤ ਦੀ ਰੋਟੀ ਲਈ ਹਾਕ ਮੁੰਡੇ ਨੂੰ ਮਾਰ ਤੁਰਿਆ ਕਹਿੰਦਾ ਕਾਕਾ ਵੇਖ ਕੇ ਤੇਰੀ ਸੋਨ ਕਮਾਈ ਵਾਛਾਂ ਮੇਰੀਆਂ ਖਿਲੀਆਂ ਨੇ ਰੋਟੀ ਰੂਟੀ ਮੈਂ ਬਾਅਦ ਚ ਖਾਊਂਗਾ ਪਹਿਲਾਂ ਇਹ ਦੱਸ ਘਰ ਚ ਸੋਨੇ ਦੀਆਂ ਥਾਲੀਆਂ ਕਿੰਨੀਆਂ ਨੇ ਹੱਥ ਜੋੜ ਕੇ ਖੜ ਗਿਆ ਮੁੰਡਾ ਕਹਿੰਦਾ ਬਾਪੂ ਜੀ ਥੋਤੋ ਕਾਹਦੇ ਲਕੋ ਨੇ ਪਰ ਗੁੱਸਾ ਨਾ ਕਰਿਓ ਘਰ ਚ ਸੋਨੇ ਦੀ ਥਾਲੀ ਤਾਂ ਇੱਕੋ ਹੀ ਆ ਪਰ ਸੁਨਿਆਰੇ ਦੋ ਨੇ